ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਪ੍ਰੀ ਬੋਰਡ ਇਮਤਿਹਾਨ ਦੀ ਤਿਆਰੀ ਦੇ ਲਈ ਅੱਜ ਆਪਾਂ 6ਵੀਂ ਕਲਾਸ ਦਾ ਸੈਂਪਲ ਪੇਪਰ ਜੋ ਹੈ ਉਹ ਡਿਸਕਸ ਕਰਾਂਗੇ ਤੇ ਦੇਖੋ ਬੱਚੇ ਜਿਹੜਾ ਤੁਹਾਡਾ ਸਾਇੰਸ ਦਾ ਪੇਪਰ ਹੋਏਗਾ ਉਹ 1.5 ਘੰਟੇ ਦਾ ਹੋਏਗਾ ਤੇ ਉਹ ਕੁੱਲ 35 ਮਾਰਕਸ ਦਾ ਹੋਏਗਾ 35 ਨੰਬਰਾਂ ਤੁਹਾਡਾ ਇਹ ਪੇਪਰ ਹੋਏਗਾ ਇਸ ਪੇਪਰ ਦੇ ਤਿੰਨ ਭਾਗ ਹੋਣਗੇ ਭਾਗ ੳ ਭਾਗ ਅ ਅਤੇ ਭਾਗ ਈੜੀ ਤਾਂ ਜਿਹੜਾ ਤੁਹਾਡਾ ਭਾਗ ੳ ਹੋਏਗਾ ਬੱਚੇ ਉਸ ਦੇ ਵਿੱਚ ਚਾਰ ਪ੍ਰਸ਼ਨ ਪੁੱਛੇ ਜਾਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ 2 ਨੰਬਰ ਦਾ ਹੋਏਗਾ ਤਾਂ ਇਸ ਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਆ ਆਪਾਂ ਦੇਖਦੇ ਆਂ ਹਾਂਜੀ ਜਿਸ ਤਰ੍ਹਾਂ ਕਿ ਦੇਖੋ ਪਹਿਲਾ ਪ੍ਰਸ਼ਨ ਗੰਡਵਾ ਕਿਸ ਤਰ੍ਹਾਂ ਗਤੀ ਕਰਦਾ ਹੈ ਹਾਂਜੀ ਗੰਡੋਆ ਕਿਸ ਤਰ੍ਹਾਂ ਗਤੀ ਕਰਦਾ ਹੈਗਾ ਗੰਡੋਆ ਮਾਸਪੇਸ਼ੀਆਂ ਦੇ ਲਗਾਤਾਰ ਸੁੰਗਣਨ ਅਤੇ ਫੈਲਣ ਨਾਲ ਗਤੀ ਕਰਦਾ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਦੁਪਹਿਰ ਦਾ ਪਰਛਾਵਾ ਸਵੇਰ ਸਮੇਂ ਬਣਨ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ ਹਾਂਜੀ ਦੁਪਹਿਰ ਦਾ ਪਰਛਾਵਾ ਸਵੇਰ ਸਮੇਂ ਬਣਨ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈਗਾ ਹਾਂਜੀ ਕਿਉਂ ਹੁੰਦਾ ਹੈਗਾ ਕਿਉਂਕਿ ਦੁਪਹਿਰ ਸਮੇਂ ਸੂਰਜ ਹੈ ਜਿਹੜਾ ਉਹ ਸਾਡੇ ਸਿਰ ਉੱਪਰ ਹੁੰਦਾ ਹੈ ਜਿਸ ਕਰਕੇ ਪਰਛਾਵਾ ਛੋਟਾ ਬਣਦਾ ਹੈ ਸਵੇਰ ਵੇਲੇ ਸੂਰਜ ਦਾ ਪ੍ਰਕਾਸ਼ ਸਾਡੇ ਉੱਪਰ ਟੇਢਾ ਪੈਣ ਕਾਰਨ ਪਰਛਾਵਾ ਵੱਡਾ ਬਣਦਾ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੈ ਕਿਹੜੀ ਗੈਸ ਬਲਣ ਵਿੱਚ ਮਦਦ ਨਹੀਂ ਕਰਦੀ ਹਾਂਜੀ ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੈ ਜੰਤੂਆਂ ਦੇ ਸਾਹ ਲੈਣ ਲਈ ਆਕਸੀਜਨ ਜ਼ਰੂਰੀ ਹੁੰਦੀ ਹੈ ਜਦਕਿ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਇਹ ਬਲਣ ਵਿੱਚ ਮਦਦ ਨਹੀਂ ਕਰਦੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਕਬਜ਼ੇਦਾਰ ਜੋੜ ਕੀ ਹੁੰਦਾ ਹੈ ਉਦਾਹਰਣ ਦਿਓ ਹਾਂਜੀ ਬੱਚੇ ਕਬਜੇਦਾਰ ਜੋੜ ਕੀ ਹੁੰਦਾ ਹੈ ਇਹ ਜੋੜ ਦਰਵਾਜ਼ੇ ਦੇ ਕਬਜ਼ੇ ਦੀ ਤਰ੍ਹਾਂ ਹੁੰਦਾ ਹੈ ਇਸ ਜੋੜ ਨਾਲ ਜੁੜੀਆਂ ਹੱਡੀਆਂ ਕੇਵਲ ਇੱਕ ਹੀ ਦਿਸ਼ਾ ਵਿੱਚ ਗਤੀ ਕਰ ਸਕਦੀਆਂ ਹਨ ਉਦਾਹਰਨ ਵਜੋਂ ਉਂਗਲਾਂ ਦੇ ਜੋੜ ਹਾਂਜੀ ਅਗਲਾ ਭਾਗ ਆ ਗਿਆ ਭਾਗ ਅ ਤਾਂ ਬੱਚੇ ਇਸ ਭਾਗ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਛੇ ਜਾਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈਗਾ ਉਹ 3 ਨੰਬਰ ਦਾ ਹੋਏਗਾ। ਹਾਂਜੀ ਪਹਿਲਾ ਪ੍ਰਸ਼ਨ ਦੇਖੋ ਇਸ ਦਾ ਚਿੱਤਰ ਦੀ ਵਰਤੋਂ ਨਾਲ ਪਿੰਨਹੋਲ ਕੈਮਰੇ ਦੁਆਰਾ ਪ੍ਰਤਿਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ। ਹਾਂਜੀ ਆਪਾਂ ਨੇ ਚਿੱਤਰ ਦੀ ਸਹਾਇਤਾ ਨਾਲ ਸਮਝਾਉਣਾ ਹੈਗਾ ਕਿ ਪਿੰਨਹੋਲ ਕੈਮਰਾ ਜਿਹੜਾ ਹੈ ਇਹ ਕਿਸ ਤਰ੍ਹਾਂ ਪ੍ਰਤਿਬਿੰਬ ਬਣਾਉਂਦਾ ਹੈ। ਹਾਂਜੀ نیچے ਪਹਿਲਾਂ ਚਿੱਤਰ ਦੇਖਦੇ ਹਾਂ। ਹਾਂਜੀ ਬੱਚੇ ਤੁਸੀਂ ਦੇਖ ਸਕਦੇ ਹੋ। ਇੱਕ ਪਿੰਨਹੋਲ ਕੈਮਰੇ ਦਾ ਚਿੱਤਰ ਬਣਾਇਆ ਗਿਆ ਹੈਗਾ ਤੇ ਪਿੰਨਹੋਲ ਕੈਮਰੇ ਦੇ ਸਾਹਮਣੇ ਇੱਕ ਵਸਤੂ ਪਈ ਹੈ ਜਿਹੜੀ ਕੀ ਹੈ ਮੋਮਬੱਤੀ ਤੇ ਮੋਮਬੱਤੀ ਤੋਂ ਪ੍ਰਕਾਸ਼ ਜਿਹੜਾ ਹੈਗਾਗਾ ਇਸ ਪਿੰਨਹੋਲ ਕੈਮਰੇ ਦੇ ਵਿੱਚ ਦਾਖਲ ਹੋ ਰਿਹਾ ਹੈਗਾ ਤੇ ਇਸ ਪਿੰਨਹੋਲ ਕੈਮਰੇ ਦੇ ਵਿੱਚ ਵਸਤੂ ਦਾ ਜਿਹੜਾ ਪ੍ਰਤਿਬਿੰਬ ਹੈ ਉਹ ਕੀ ਬਣ ਰਿਹਾ ਬੱਚੇ ਉਲਟਾ ਹੁਣ ਆਪਾਂ ਇਸ ਬਾਰੇ ਪੜ੍ਹਦੇ ਆਂਗੇ ਹਾਂਜੀ ਦੇਖੋ ਚਿੱਤਰ ਵਿੱਚ ਦਿਖਾਏ ਅਨੁਸਾਰ ਪ੍ਰਕਾਸ਼ ਵਸਤੂ ਤੋਂ ਡੱਬੇ ਦੇ ਛੇਕ ਰਾਹੀਂ ਦਾਖਲ ਹੁੰਦਾ ਹੈ ਅਤੇ ਸਕਰੀਨ ਉੱਤੇ ਵਸਤੂ ਦਾ ਛੋਟਾ ਅਤੇ ਉਲਟਾ ਪ੍ਰਤਿਬਿੰਬ ਬਣਦਾ ਹੈ ਪਿੰਨਹੋਲ ਕੈਮਰਾ ਇਸ ਸਿਧਾਂਤ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ ਤਾਂ ਇਸ ਤਰ੍ਹਾਂ ਬੱਚੇ ਤੁਸੀਂ ਇਸ ਦਾ ਚਿੱਤਰ ਬਣਾ ਦੇਣਾ ਨਾਲ ਆ ਇੱਕ ਪਿੰਨਹੋਲ ਕੈਮਰਾਗਾ ਤੇਰੇ ਸਾਹਮਣੇ ਆਪਣਾ ਮੋਮਬੱਤੀ ਰੱਖੀ ਹੈ ਇਸ ਮੋਮਬੱਤੀ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਪਿੰਨਹੋਲ ਕੈਮਰੇ ਦੇ ਵਿੱਚ ਕੀ ਹੈਗਾ ਉਲਟਾ ਬਣਦਾ ਹੈਗਾ ਤਾਂ ਪਿੰਨਹੋਲ ਕੈਮਰਾ ਕਿਸ ਸਿਧਾਂਤ ਤੇ ਆਧਾਰਿਤ ਹੈ ਪਿੰਨਹੋਲ ਕੈਮਰਾ ਇਸ ਸਿਧਾਂਤ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਦੇ ਵਿੱਚ ਚੱਲਦਾ ਹੈ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਚੁੰਬਕੀ ਅਤੇ ਅਚੁੰਬਕੀ ਪਦਾਰਥ ਕੀ ਹੁੰਦੇ ਹਨ ਉਦਾਹਰਣ ਵੀ ਦਿਓ ਹਾਂਜੀ ਚੁੰਬਕੀ ਪਦਾਰਥ ਕੀ ਹੁੰਦੇ ਨੇ ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ ਜਾਂ ਜਿਹੜੇ ਪਦਾਰਥ ਚੁੰਬਕ ਵੱਲ ਖਿੱਚੇ ਜਾਂਦੇ ਨੇ ਉਹਨਾਂ ਨੂੰ ਅਸੀਂ ਚੁੰਬਕੀ ਪਦਾਰਥ ਕਹਿੰਦੇ ਆ ਜਿਵੇਂ ਕਿ ਲੋਹਾ ਕੋਬਾਲਟ ਅਤੇ ਨਿਕਲ ਹੈ ਜਿਹੜੇ ਇਹ ਚੁੰਬਕੀ ਪਦਾਰਥ ਅਖਵਾਉਂਦੇ ਹਨ ਇਹ ਚੁੰਬਕੀ ਪਦਾਰਥ ਦੀਆਂ ਉਦਾਹਰਨਾਂ ਨੇ ਲੋਹਾ ਕੋਬਾਲਟ ਤੇ ਨਿਕਲ ਇਸ ਤਰ੍ਹਾਂ ਦੇ ਬੱਚੇ ਆ ਚੁੰਬਕੀ ਪਦਾਰਥ ਕੀ ਹੁੰਦੇ ਨੇ ਆ ਚੁੰਬਕੀ ਪਦਾਰਥ ਉਹ ਪਦਾਰਥ ਹੁੰਦੇ ਨੇ ਜਿਹੜੇ ਚੁੰਬਕ ਵੱਲ ਆਕਰਸ਼ਿਤ ਜਾਂ ਚੁੰਬਕ ਵੱਲ ਖਿੱਚੇ ਨਹੀਂ ਜਾਂਦੇ ਜਿਵੇਂ ਕਿ ਦੇਖੋ ਪਲਾਸਟਿਕ ਕੱਚ ਅਤੇ ਲੱਕੜ ਇਹ ਸਭ ਆ ਚੁੰਬਕੀ ਪਦਾਰਥ ਨੇ ਤੇ ਇਹ ਆ ਚੁੰਬਕੀ ਪਦਾਰਥ ਦੀਆਂ ਉਦਾਹਰਨਾਂ ਨੇ ਪਲਾਸਟਿਕ ਕੱਚ ਅਤੇ ਲੱਕੜ ਹਾਂਜੀ ਅਗਲਾ ਪ੍ਰਸ਼ਨ ਦੇਖੋ ਪਾਣੀ ਦੀ ਸੰਭਾਲ ਦੇ ਕੋਈ ਤਿੰਨ ਟੰਗ ਦੱਸੋ ਹਾਂਜੀ ਪਾਣੀ ਨੂੰ ਅਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਹਾਂਜੀ ਪਾਣੀ ਨੂੰ ਅਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਸਿੰਚਾਈ ਲਈ ਟੁਪਕਾ ਪ੍ਰਣਾਲੀ ਵਿਧੀ ਦੀ ਵਰਤੋਂ ਕਰਕੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਜਾਂ ਸਿੱਧਾ ਧਰਤੀ ਹੇਠਾਂ ਪਹੁੰਚਾ ਕੇ ਪਾਣੀ ਵਾਲੀਆਂ ਪਾਈਪਾਂ ਜਾਂ ਟੂਟੀਆਂ ਦੀ ਲੀਕੇਜ ਸਮੇਂ ਸਿਰ ਬੰਦ ਕਰਕੇ ਅਸੀਂ ਪਾਣੀ ਦੀ ਸਾਮ ਸੰਭਾਲ ਕਰ ਸਕਦੇ ਆ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ਹਾਂਜੀ ਆਪਾਂ ਇਹ ਕਿਵੇਂ ਸਿੱਧ ਕਰਾਂਗੇ ਕਿ ਬਲਣ ਦੇ ਲਈ ਹਵਾ ਜ਼ਰੂਰੀ ਹੈ ਹਾਂਜੀ ਇੱਕ ਜਲਦੀ ਹੋਈ ਮੋਮਬਤੀ ਲਓ ਇਸ ਉੱਪਰ ਇੱਕ ਕੱਚ ਦਾ ਗਲਾਸ ਉਲਟਾ ਕਰਕੇ ਰੱਖਣ ਤੇ ਕੁਝ ਦੇਰ ਬਾਅਦ ਮੋਮਬਤੀ ਬੁਝ ਜਾਂਦੀ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ ਹਾਂਜੀ ਬੱਚੇ ਪਹਿਲਾਂ ਦੇਖੋ ਮੋਮਬਤੀ ਜਗ ਰਹੀ ਹੈ ਕਿਉਂਕਿ ਮੋਮਬਤੀ ਜਿਹੜੀ ਉਹ ਹਵਾ ਦੇ ਸੰਪਰਕ ਚ ਹੈ ਹਵਾ ਦੇ ਵਿੱਚ ਆਕਸੀਜਨ ਹੁੰਦੀ ਹੈ ਤਾਂ ਮੋਮਬਤੀ ਨੂੰ ਲਗਾਤਾਰ ਆਕਸੀਜਨ ਮਿਲਦੀ ਜਾਂਦੀ ਹੈ ਤਾਂ ਮੋਮਬਤੀ ਜਿਹੜੀ ਹੈਗੀ ਆ ਉਹ ਜਗਦੀ ਰਹਿੰਦੀ ਹੈ ਪਰ ਜਦੋਂ ਅਸੀਂ ਇੱਕ ਕੱਚ ਦਾ ਗਲਾਸ ਉਲਟਾ ਕਰਕੇ ਮੋਮਬਤੀ ਦੇ ਉੱਪਰ ਰੱਖ ਦਿੰਨੇ ਆ ਤਾਂ ਗਲਾਸ ਦੇ ਅੰਦਰ ਜਿੰਨੀ ਕੁ ਆਕਸੀਜਨ ਹੁੰਦੀ ਹੈ ਓਨੀ ਕੁ ਆਕਸੀਜਨ ਮੋਮਬਤੀ ਜਿਹੜੀ ਹੈਗੀ ਹੈ ਆਪਣੇ ਜਲਣ ਦੇ ਲਈ ਵਰਤ ਲੈਂਦੀ ਹੈ ਤੇ ਜਦੋਂ ਗਲਾਸ ਦੇ ਵਿੱਚੋਂ ਆਕਸੀਜਨ ਖਤਮ ਹੋ ਜਾਂਦੀ ਹੈ ਤਾਂ ਮੋਮਬਤੀ ਵੀ ਕੀ ਹੈਗੀ ਬੁਝ ਜਾਂਦੀ ਹੈ ਕਿਉਂਕਿ ਗਲਾਸ ਦੇ ਅੰਦਰ ਆਕਸੀਜਨ ਖਤਮ ਹੋ ਗਈ ਇਸ ਲਈ ਮੋਮਬਤੀ ਜਲਣਾ ਬੰਦ ਕਰ ਦਿੰਦੀ ਹੈ ਤਾਂ ਇਸ ਕਿਰਿਆ ਤੋਂ ਇਹ ਪਤਾ ਲੱਗਦਾ ਹੈ ਕਿ ਹਵਾ ਜਿਹੜੀ ਹੈਗੀ ਆ ਉਹ ਜਲਣ ਲਈ ਜ਼ਰੂਰੀ ਹੈ ਜਾਂ ਹਵਾ ਜੋ ਹੈ ਇਹ ਜਲਨ ਦੇ ਵਿੱਚ ਸਹਾਇਕ ਹੁੰਦੀ ਹੈ। ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ ਕੂੜੇ ਵਿੱਚ ਅੰਤਰ ਦੱਸੋ। ਹਾਂਜੀ ਬੱਚੇ ਦੇਖੋ ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ ਕੂੜੇ ਦੇ ਵਿੱਚ ਕੀ ਅੰਤਰ ਹੈ? ਪਹਿਲਾ ਦੇਖੋ ਜੈਵ ਵਿਘਟਨਸ਼ੀਲ ਕੂੜਾ ਇਹ ਕਿਹੜਾ ਹੁੰਦਾਗਾ ਉਹ ਕੂੜਾ ਜਿਸ ਨੂੰ ਸੂਖਮ ਜੀਵਾਂ ਦੀ ਕਿਰਿਆ ਦੁਆਰਾ ਨੁਕਸਾਨ ਰਹਿਤ ਪਦਾਰਥਾਂ ਵਿੱਚ ਅਪਘਟਿਤ ਕੀਤਾ ਜਾ ਸਕਦਾ ਹੈ। ਜਦਕਿ ਜੈਵ ਅਵਿਕਰਣਸ਼ੀਲ ਕੂੜਾ ਕਿਹੜਾ ਹੁੰਦਾ ਹੈਗਾ? ਉਹ ਕੂੜਾ ਜਿਸ ਨੂੰ ਸੂਖਮ ਜੀਵਾਂ ਦੀ ਕਿਰਿਆ ਦੁਆਰਾ ਨੁਕਸਾਨ ਰਹਿਤ ਪਦਾਰਥਾਂ ਵਿੱਚ ਅਪਘਟਿਤ ਨਹੀਂ ਕੀਤਾ ਜਾ ਸਕਦਾ। ਜੈਵ ਵਿਘਟਨਸ਼ੀਲ ਕੂੜੇ ਦੀਆਂ ਉਦਾਹਰਣਾਂ ਦੇਖੋ ਕਾਗਜ਼ ਅਤੇ ਸਬਜ਼ੀਆਂ ਦੇ ਛਿਲਕੇ। ਜੈਵ ਅਵਿਕਰਨਸ਼ੀਲ ਕੋਲੇ ਦੇ ਉਦਾਹਰਨਾਂ ਪਲਾਸਟਿਕ ਅਤੇ ਕੱਚ ਆਦਿ ਹਾਂਜੀ ਬੱਚੇ ਅੱਗੇ ਆ ਗਿਆ ਆਪਣਾ ਭਾਗ ਈਡੀ ਤਾਂ ਈਡੀ ਭਾਗ ਦੇ ਵਿੱਚ ਤੁਹਾਨੂੰ 6 ਪ੍ਰਸ਼ਨ ਦਿੱਤੇ ਹੋਣਗੇ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ 2-2 ਪ੍ਰਸ਼ਨ ਦੇ ਕੇ ਉਹਨਾਂ ਦੇ ਵਿੱਚ ਚੁਆਇਸ ਦਿੱਤੀ ਹੋਏਗੀ ਤੇ ਤੁਸੀਂ ਇਸ ਭਾਗ ਦੇ ਵਿੱਚੋਂ 3 ਪ੍ਰਸ਼ਨ ਕਰਨੇ ਨੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ ਕਿੰਨੇ ਨੰਬਰ ਦਾ ਹੈ 4 ਤਾਂ ਇਸ ਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਐ ਦੇਖੋ ਪਹਿਲਾ ਪ੍ਰਸ਼ਨ ਚੁੰਬਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੁਝ ਉਪਯੋਗ ਲਿਖੋ ਹਾਂਜੀ ਸਾਡੇ ਰੋਜ਼ਾਨਾ ਜੀਵਨ ਵਿੱਚ ਚੁੰਬਕ ਦੇ ਕੀ ਉਪਯੋਗ ਨੇ ਸਾਰੇ ਸਪੀਕਰਾਂ ਹੈੱਡਫੋਨਾਂ ਵਿੱਚ ਚੁੰਬਕ ਹੁੰਦਾ ਹੈਗਾ ਬਿਜਲੀ ਘੰਟੀ ਬਿਜਲੀ ਚੁੰਬਕ ਨਾਲ ਕੰਮ ਕਰਦੀ ਹੈ ਦਰਵਾਜ਼ਿਆਂ ਤੇ ਲੱਗੇ ਡੋਰ ਕੈਚਰਾਂ ਵਿੱਚ ਵੀ ਚੁੰਬਕ ਹੁੰਦਾ ਹੈ ਮੋਬਾਈਲ ਕਵਰ ਅਤੇ ਪਰਸ ਤੇ ਚੁੰਬਕ ਲੱਗਾ ਹੁੰਦਾ ਜਿਸ ਨਾਲ ਇਹ ਕੱਸ ਕੇ ਬੰਦ ਹੋ ਜਾਂਦੇ ਹਨ ਪੈਨ ਹੋਲਡਰਾਂ ਵਿੱਚ ਵੀ ਚੁੰਬਕ ਹੁੰਦਾ ਜਿਸ ਨਾਲ ਲੋਹੇ ਦੀਆਂ ਪਿੰਨਾ ਚਿਪਕੀਆਂ ਰਹਿੰਦੀਆਂ ਹਨ ਤਾਂ ਬੱਚੇ ਇਸ ਪ੍ਰਸ਼ਨ ਦੇ ਨਾਲ ਜਿਹੜਾ ਆਪਸ਼ਨ ਵਾਲਾ ਦੂਸਰਾ ਪ੍ਰਸ਼ਨ ਹੈ ਉਹ ਦੇਖੋ ਚੁੰਬਕੀ ਅਤੇ ਆ ਚੁੰਬਕੀ ਪਦਾਰਥ ਕੀ ਹੁੰਦੇ ਹਨ ਉਦਾਹਰਣ ਵੀ ਦਿਓ ਤਾਂ ਬੱਚੇ ਇਹ ਪ੍ਰਸ਼ਨੜਾ ਪਹਿਲਾਂ ਪਹਿਲਾਂ ਵਾਲੇ ਪ੍ਰਸ਼ਨ ਮੰਗੂ ਇਹ ਰਿਪੀਟ ਹੋ ਗਿਆ ਤੇ ਚਲੋ ਕੁਐਸਚਨ ਹੈਗਾ ਆਪਾਂ ਇਸ ਨੂੰ ਵੀ ਡਿਸਕਸ ਕਰਾਂਗੇ ਤਾਂ ਚੁੰਬਕੀ ਪਦਾਰਥ ਕਿਹੜੇ ਹੁੰਦੇ ਆ ਲੋਹਾ ਕੋਬਾਲਟ ਅਤੇ ਨਿਕਲ ਵਰਗੇ ਪਦਾਰਥ ਚੁੰਬਕ ਵੱਲ ਖਿੱਚੇ ਜਾਂਦੇ ਹਨ ਇਹ ਚੁੰਬਕੀ ਪਦਾਰਥ ਅਖਵਾਉਂਦੇ ਹਨ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਕਿ ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ ਉਹਨਾਂ ਨੂੰ ਚੁੰਬਕੀ ਪਦਾਰਥ ਕਹਿੰਦੇ ਨੇ ਜਿਵੇਂ ਲੋਹਾ ਕਬਾਲਟ ਅਤੇ ਨਿਕਲ ਇਹ ਚੁੰਬਕੀ ਪਦਾਰਥ ਹਨ ਕਿਉਂਕਿ ਇਹ ਚੁੰਬਕ ਵੱਲ ਆਕਰਸ਼ਿਤ ਹੁੰਦੇ ਨੇ ਅਗਲਾ ਹੈਗਾ ਅਚੁੰਬਕੀ ਪਦਾਰਥ ਆ ਚੁੰਬਕੀ ਪਦਾਰਥ ਕਿਹੜੇ ਹੁੰਦੇ ਆ ਜਿਹੜੇ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਜਾਂ ਚੁੰਬਕ ਵੱਲ ਖਿੱਚੇ ਨਹੀਂ ਜਾਂਦੇ ਜਿਵੇਂ ਕਿ ਦੇਖੋ ਪਲਾਸਟਿਕ ਕੱਚ ਅਤੇ ਲੱਕੜ ਇਹ ਪਦਾਰਥ ਨੇ ਜਿਹੜੇ ਇਹ ਚੁੰਬਕ ਵੱਲ ਖਿੱਚੇ ਨਹੀਂ ਜਾਂਦੇ ਇਸ ਲਈ ਇਹ ਕਿਹੜੇ ਪਦਾਰਥ ਨੇ ਆ ਚੁੰਬਕੀ ਪਦਾਰਥ ਨੇ ਹਾਂਜੀ ਅਗਲਾ ਪ੍ਰਸ਼ਨ ਦੇਖੋ ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ ਹਾਂਜੀ ਪਾਣੀ ਆ ਜਿਹੜਾ ਕਿੱਥੇ ਕਿੱਥੇ ਵਰਤਿਆ ਜਾਂਦਾ ਹੈ ਜਾਂ ਪਾਣੀ ਦੇ ਕੀ ਕੀ ਉਪਯੋਗ ਨੇ ਹਾਂਜੀ ਮਨੁੱਖੀ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦਾ ਬਣਿਆ ਹੈ ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਬਣਾਈ ਰੱਖਦਾ ਹੈ ਪਾਣੀ ਸਾਡੇ ਸਰੀਰ ਵਿੱਚੋਂ ਕਈ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਪੌਦਿਆਂ ਦੇ ਵਾਧੇ ਲਈ ਪਾਣੀ ਜ਼ਰੂਰੀ ਹੈ। ਪਾਣੀ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾਈ ਰੱਖਦਾ ਹੈ। ਸਾਡੀਆਂ ਹਰ ਰੋਜ਼ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਲਈ ਪਾਣੀ ਬਹੁਤ ਜ਼ਰੂਰੀ ਹੈ। ਤਾਂ ਬੱਚੇ ਇਸ ਪ੍ਰਸ਼ਨ ਦੇ ਨਾਲ ਜਿਹੜਾ ਦੂਸਰਾ ਚੁਆਇਸ ਵਾਲਾ ਕੁਐਸਚਨ ਹੈ ਉਹ ਕੀ ਹੈ? ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪਸ਼ਟ ਕਰੋ ਹਾਂਜੀ ਬੱਚੇ ਦੇਖੋ ਪਹਿਲਾਂ ਜਲ ਚੱਕਰ ਕੀ ਹੁੰਦਾ ਹੈ ਜਲ ਚੱਕਰ ਇੱਕ ਚੱਕਰਾਕਾਰ ਪ੍ਰਕਿਰਿਆ ਹੈ ਜਿਸ ਨਾਲ ਧਰਤੀ ਉੱਤੇ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ ਸੂਰਜ ਦੀ ਰੋਸ਼ਨੀ ਨਾਲ ਨਦੀਆਂ ਝੀਲਾਂ ਛੱਪੜਾਂ ਆਦਿ ਜਲ ਸਰੋਤਾਂ ਵਿੱਚੋਂ ਪਾਣੀ ਵਾਸ਼ਪਨ ਹੁੰਦਾ ਹੈ ਵਾਸ਼ਪ ਉੱਪਰ ਜਾਂਦੇ ਹੋਏ ਠੰਡੇ ਹੁੰਦੇ ਜਾਂਦੇ ਹਨ ਅਤੇ ਸੰਘਣਨ ਕਿਰਿਆ ਨਾਲ ਬੱਦਲਾਂ ਦਾ ਨਿਰਮਾਣ ਕਰਦੇ ਹਨ। ਵਾਯੂਮੰਡਲ ਵਿੱਚੋਂ ਪਾਣੀ ਵਰਖਾ, ਗੜੀਆਂ ਜਾਂ ਸਨੋਫਾਲ ਆਦਿ ਰਾਹੀਂ ਧਰਤੀ ਉੱਤੇ ਵਾਪਸ ਆ ਜਾਂਦਾ ਹੈ। ਤਾਂ ਬੱਚੇ ਇਸ ਪ੍ਰਸ਼ਨ ਦੇ ਨਾਲ ਤੁਸੀਂ ਜਲ ਚੱਕਰ ਦਾ ਇਹ ਚਿੱਤਰ ਬਣਾ ਸਕਦੇ ਹੋ। ਇਸ ਚਿੱਤਰ ਦੇ ਵਿੱਚ ਦੇਖੋ ਨਦੀਆਂ ਤੋਂ ਝੀਲਾਂ ਤੋਂ ਤਲਾਬਾਂ ਤੋਂ ਪਾਣੀਆਂ ਜਿਹੜਾ ਇਹ ਸੂਰਜ ਦੀ ਗਰਮੀ ਕਰਕੇ ਕੀ ਹੈਗਾ ਵਾਸ਼ਪਿਕ੍ਰਿਤ ਹੁੰਦਾ ਹੈਗਾ ਪਾਣੀ ਦਾ ਵਾਸ਼ਪਨ ਹੋ ਜਾਂਦਾ ਹੈ ਤੇ ਉੱਪਰ ਜਾ ਕੇ ਪਾਣੀ ਜਿਹੜੇ ਵਾਸ਼ਪ ਨੇ ਉਹ ਠੰਡੇ ਹੋ ਜਾਂਦੇ ਨੇ ਠੰਡੇ ਹੋ ਕੇ ਉਹ ਬੱਦਲਾਂ ਦਾ ਰੂਪ ਧਾਰ ਲੈਂਦੇ ਨੇ ਤੇ ਫਿਰ ਕੀ ਹੈਗਾ ਉਹ ਮੀਂਹ ਦੇ ਰੂਪ ਦੇ ਵਿੱਚ ਪਾਣੀਆਂ ਜਿਹੜਾ ਇਹ ਵਾਪਸ ਫੇਰ ਧਰਤੀ ਤੇ ਆ ਜਾਂਦਾ ਹੈਗਾ ਤਾਂ ਇਹ ਚੱਕਰ ਹੈ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈਗਾ ਤੇ ਇਸ ਚੱਕਰ ਨੂੰ ਅਸੀਂ ਕੀ ਕਹਿੰਦੇ ਆ ਬੱਚੇ ਜਲ ਚੱਕਰ ਤਾਂ ਇਸ ਪ੍ਰਸ਼ਨ ਦੇ ਨਾਲ ਤੁਸੀਂ ਇਹ ਚਿੱਤਰ ਬਣਾ ਸਕਦੇ ਹੋ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ 4 आरਜ਼ ਦੀ ਵਿਆਖਿਆ ਕਰੋ ਜਾਂ 4 आर ਸਿਧਾਂਤ ਕੀ ਹੈ ਹਾਂਜੀ 4 आर ਕੀ ਦੱਸਦੇ ਨੇ ਹਾਂਜੀ ਪਹਿਲਾ ਆਰ ਕੀ ਹੈਗਾ ਰੀਯੂਜ਼ ਜਾਂ ਮੁੜ ਵਰਤੋਂ ਮੁੜ ਵਰਤੋਂ ਦਾ ਅਰਥ ਕਿਸੇ ਵਿਰਥ ਵਸਤੂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਹੈ ਜਿਵੇਂ ਅਸੀਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਪੈਨ ਸਟੈਂਡ ਫੁੱਲਦਾਨ ਅਤੇ ਗਮਲੇ ਆਦਿ ਦੇ ਤੌਰ ਤੇ ਕਰ ਸਕਦੇ ਹਾਂ ਦੂਸਰਾ ਆਰ ਹੈ ਰਿਡਿਊਸ ਜਾਂ ਘਟਾਉਣਾ ਸਾਨੂੰ ਕੂੜਾ ਪੈਦਾ ਕਰਨ ਵਾਲੀਆਂ ਵਸਤੂਆਂ ਦੀ ਵਰਤੋਂ ਘਟਾ ਦੇਣੀ ਚਾਹੀਦੀ ਹੈ ਤੀਜਾ ਆਰ ਹੈ ਰੀਸਾਈਕਲ ਜਾਂ ਪੁਨਰ ਉਤਪਾਦਨ ਵੈਰਥ ਅਤੇ ਗੈਰ ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਕਿਰਿਆ ਨੂੰ ਪੁਨਰ ਉਤਪਾਦਨ ਕਹਿੰਦੇ ਹਨ ਜਿਵੇਂ ਰੱਦੀ ਕਾਗਜ਼ਾਂ ਅਤੇ ਪੁਰਾਣੇ ਅਖਬਾਰਾਂ ਤੋਂ ਗੱਤੇ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਹਾਂਜੀ ਚੌਥਾ ਆਰ ਜਿਹੜਾ ਹੈਗਾ ਉਹ ਹੈ ਰਫਿਊਜ਼ ਇਨਕਾਰ ਸਾਨੂੰ ਖਰੀਦਾਰੀ ਕਰਦੇ ਸਮੇਂ ਹੀ ਪਲਾਸਟਿਕ ਅਤੇ ਪੋਲੀਥੀਨ ਬੈਗ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ। ਇਸ ਦੀ ਜਗ੍ਹਾ ਅਸੀਂ ਕੱਪੜੇ ਦਾ ਥੈਲਾ ਵਰਤ ਸਕਦੇ ਹਾਂ। ਤਾਂ ਬੱਚੇ ਇਸ ਪ੍ਰਸ਼ਨ ਦੇ ਨਾਲ ਜਿਹੜਾ ਸਾਡਾ ਚੁਆਇਸ ਵਾਲਾ ਪ੍ਰਸ਼ਨ ਹੈ ਉਹ ਹੈ ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ। ਹਾਂਜੀ ਪਲਾਸਟਿਕ ਨੂੰ ਆਪਾਂ ਵਰਦਾਨ ਕਿਵੇਂ ਮੰਨਦੇ ਹਾਂਗੇ? ਦੇਖੋ ਪਲਾਸਟਿਕ ਹਲਕਾ ਲਚਕਦਾਰ ਸਸਤਾ ਅਤੇ ਜਲ ਪ੍ਰਤੀਰੋਧਕ ਹੁੰਦਾ ਹੈ ਇਸ ਲਈ ਪਲਾਸਟਿਕ ਦੀ ਵਰਤੋਂ ਹਲਕੇ ਫਰਨੀਚਰ ਖਿਡੌਣੇ ਬਕਸੇ ਅਤੇ ਹੋਰ ਕਈ ਘਰੇਲੂ ਉਪਕਰਨ ਬਣਾਉਣ ਲਈ ਕੀਤੀ ਜਾਂਦੀ ਹੈ ਪਲਾਸਟਿਕ ਦੇ ਡੱਬਿਆਂ ਨੇ ਸਾਡੀ ਰਸੋਈ ਵਿੱਚ ਵੀ ਜਗ੍ਹਾ ਲੈ ਲਈ ਹੈ ਕਿਉਂਕਿ ਉਹਨਾਂ ਨੂੰ ਧੋਣਾ ਅਤੇ ਸੰਭਾਲਣਾ ਸੌਖਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਲਾਸਟਿਕ ਇੱਕ ਵਰਦਾਨ ਹੈ ਤਾਂ ਬੱਚੇ ਇਹ ਸੀ ਆਪਣਾ ਅੱਜ ਦਾ 6ਵੀਂ ਕਲਾਸ ਦਾ ਸੈਂਪਲ ਪੇਪਰ ਜਿਸ ਨਾਲ ਕਿ ਆਪਾਂ ਨੇ ਇਹ ਦੇਖਿਆ ਕਿ ਆਪਣਾ ਦਾ ਪ੍ਰੀ ਬੋਰਡ ਦਾ ਪੇਪਰ ਹੈ ਉਹ ਉਸ ਦਾ ਪੈਟਰਨ ਕੀ ਹੈ ਜਿਹੜਾ ਪ੍ਰੀ ਬੋਰਡ ਦਾ ਪੇਪਰ ਉਹ ਕਿਸ ਤਰ੍ਹਾਂ ਦਾ ਆਏਗਾ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਪ੍ਰੀ ਬੋਰਡ ਦਾ 6ਵੀਂ ਕਲਾਸ ਦਾ ਪੇਪਰ ਆਉਣਾ ਤੁਹਾਡਾ ਸਾਇੰਸ ਵਿਸ਼ੇ ਦਾ ਤੁਹਾਨੂੰ ਉਸ ਪੇਪਰ ਦਾ ਪੈਟਰਨ ਪਤਾ ਲੱਗਿਆ ਹੋਵੇਗਾ ਕਿ ਇਹ ਪੇਪਰ ਹੈ ਜਿਹੜਾ ਇਹਦੇ ਤਿੰਨ ਭਾਗ ਹੋਣਗੇ ਭਾਗ ੳ ਜਿਹੜਾ ਹੈਗਾ ਇਹਦੇ ਵਿੱਚ ਚਾਰ ਪ੍ਰਸ਼ਨ ਪੁੱਛੇ ਜਾਣਗੇ ਤੇ ਹਰੇਕ ਪ੍ਰਸ਼ਨ ਕਿੰਨੇ ਨੰਬਰ ਦਾ ਹੋਵੇਗਾ 2 ਨੰਬਰ ਦਾ ਭਾਗ ਅੜਾ ਜਿਹੜਾ ਹੈ ਉਹਦੇ ਵਿੱਚ ਪੰਜ ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ ਕਿੰਨੇ ਨੰਬਰ ਦਾ ਹੋਵੇਗਾ ਬੱਚੇ 3 ਨੰਬਰ ਦਾ ਇਸੇ ਤਰ੍ਹਾਂ ਹੀ ਭਾਗ ਈ ਡੀ ਜਿਹੜਾ ਹੈ ਉਹਦੇ ਵਿੱਚ 6 ਪ੍ਰਸ਼ਨ ਹੋਣਗੇ ਤੇ ਉਹਨਾਂ ਦੇ ਵਿੱਚ ਕੀ ਹੈਗੀ ਚੁਆਇਸ ਹੋਏਗੀ ਤੇ ਤੁਸੀਂ ਤਿੰਨ ਪ੍ਰਸ਼ਨ ਕਰਨੇ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈਗਾ ਕਿੰਨੇ ਨੰਬਰ ਦਾ ਹੋਵੇਗਾ 4 ਨੰਬਰ ਦਾ ਤਾਂ ਬੱਚੇ ਇਸ ਤਰ੍ਹਾਂ ਤੁਹਾਡਾ ਜਿਹੜਾ 6ਵੀਂ ਕਲਾਸ ਦਾ ਜਿਹੜਾ ਪੇਪਰ ਹੈ ਇਹ ਤੁਹਾਡੇ ਪੇਪਰ ਦਾ ਪੈਟਰਨ ਸੀਗਾ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦਾ ਇਹ ਜਿਹੜਾ ਸੈਂਪਲ ਪੇਪਰ ਹੈ ਇਸ ਦੇ ਨਾਲ ਤੁਹਾਨੂੰ ਪੇਪਰ ਦਾ ਪੈਟਰਨ ਪਤਾ ਕਰਨ ਦੇ ਵਿੱਚ ਬਹੁਤ ਸਹਾਇਤਾ ਮਿਲੀ ਹੋਵੇਗੀ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ